पुलिस ਅਤੇ ਬਦਮਾਸ਼ਾਂ ਦੇ ਵਿਚਕਾਰ ਮੁੱਠਭੇੜ ਹੋਈ ਹੈ ਅਤੇ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਹਥਿਆਰਾਂ ਦੀ ਤਸਕਰੀ ਕਰਨ ਦੇ ਲਈ ਇਹ ਮੌਕੇ ਦੇ ਉੱਤੇ ਪਹੁੰਚੇ ਸੀ ਪਰ ਇਸ ਦੀ ਪੁਲਿਸ ਨੂੰ ਕਿਤੇ ਭਿਣਕ ਪੈ ਜਾਂਦੀ ਹੈ ਤੇ ਭਿਣਕ ਤੋਂ ਬਾਅਦ ਜਿਵੇਂ ਹੀ ਇਹਨਾਂ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਤਾਂ ਬਚਣ ਦੇ ਲਈ ਤਸਕਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਦੇ ਉੱਤੇ ਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਜਵਾਬੀ ਫਾਇਰਿੰਗ ਕਰਦੀ ਹੈ ਤਾਂ ਦੋਵਾਂ ਹੀ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਤਸਕਰ ਦੇ ਗੋਲੀ ਲੱਗੀ ਹੈ ਜਿਸ ਨੂੰ ਕਿ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਅੰਮ੍ਰਿਤਸਰ ਦੇ ਤਾਰਾਂ ਵਾਲਾ ਪੁਲ ਦੇ ਉੱਤੇ ਇਹ ਐਨਕਾਊਂਟਰ ਕੀਤਾ ਗਿਆ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਲਗਾਤਾਰ ਤਿਉਹਾਰਾਂ ਦੇ ਮੌਕੇ ਤੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹਰ ਇੱਕ ਸ਼ਰਾਰਤੀ ਅਨਸਰ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸੇ ਵਿਚਕਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰਾਂ ਵਾਲਾ ਪੁਲ ਜੋ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਹਥਿਆਰਾਂ ਦੀ ਤਸਕਰੀ ਕਰਨ ਦੇ ਲਈ ਦੋ ਬਦਮਾਸ਼ ਪਹੁੰਚ ਰਹੇ ਨੇ ਜਦੋਂ ਪੁਲਿਸ ਉਹਨਾਂ ਨੂੰ ਮੌਕੇ ਦੇ ਉੱਤੇ ਘੇਰਾਬੰਦੀ ਕਰਦੀ ਹੈ ਤਾਂ ਬਦਮਾਸ਼ਾਂ ਦੇ ਵੱਲੋਂ ਬਚਣ ਦੇ ਲਈ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਰੀਬ ਕਈ ਰਾਊਂਡ ਫਾਇਰਿੰਗ ਦੋਵਾਂ ਪਾਸਿਓਂ ਹੁੰਦੀ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦੋਵਾਂ ਹੀ ਤਸਕਰਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਇੱਕ ਤਸਕਰ ਨੂੰ ਤਿੰਨ ਗੋਲੀਆਂ ਲੱਗੀਆਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਦਮਾਸ਼ਾਂ ਦੇ ਕੋਲੋਂ ਸੀ ਦੋ ਪਿਸਤੌਲ ਤੇ ਇੱਕ ਮੈਗਜ਼ੀਨ ਵੀ ਬਰਾਮਦ ਕੀਤਾ ਗਿਆ ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਹੱਥ ਇਹ ਵੱਡੀ ਸਫਲਤਾ ਲੱਗੀ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਸਰ ਫਿਰ ਵੀ ਆਪ ਮੇਰੀ ਜਾਣਕਾਰੀ ਦੇ ਰਹੇ मैं गुरिंदरवीर सिंह सिद्धू ACP ईस्ट अमृतसर सर की मामला होया केड़ी जगह अज असी कोई टेक्निकल इनपुट दे बेस ते कोई बंदियां नूं चेस कर रहे सी जिन्हां ने पिछले कुछ दिनां च कोई वारदातां कीतियां सी ये होया जी अज सुल्तानविंड नहर दे नाल नाल जदों असी इत्थे इन्हां नूं एप्रीहेंड करन लई पहुंचे नहर दे दोनों पासे नाकाबंदी करवा दित्ती गई सी इन्हां ने फायर कीता पुलिस पार्टी दे उपर ਤੇ ਫਿਰ ਜਵਾਬੀ ਫਾਇਰ ਵੀ ਪੁਲਿਸ ਵੱਲੋਂ ਇਹਨਾਂ ਦੇ ਉੱਪਰ ਕੀਤਾ ਗਿਆ ਸਰ ਕੌਣ ਨੇ ਕਿਸ ਤਰ੍ਹਾਂ ਤੁਹਾਡੇ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਕੌਣ ਹੈ ਇਹ ਇੱਕ ਆਪਣਾ ਇਹ ਤਰਨ ਤਾਰਨ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਦੋਨੋਂ ਜਾਣੇ ਤੇ ਇਹਨਾਂ ਦੇ ਉੱਪਰ ਪਹਿਲਾਂ ਹੀ 4 ਤੇ ਇੱਕ ਦੇ ਉੱਪਰ 6 ਮੁਕਦਮੇ ਦਰਜ ਨੇ ਤੇ ਇਹਨਾਂ ਨੇ ਪਿਛਲੇ ਹੀ ਵੀਕ ਦੇ ਵਿੱਚ ਇੱਥੇ ਫਾਇਰਿੰਗ ਇਨਸੀਡੈਂਟ ਕੀਤਾ ਸੀਗਾ ਤੇ ਅਸੀਂ ਇਹਨਾਂ ਨੂੰ ਚੇਸ ਕਰ ਰਹੇ ਸੀ ਤੇ ਅੱਜ ਜਦੋਂ ਉੱਥੇ ਸਾਨੂੰ ਇਹ ਇਨਪੁੱਟ ਮਿਲਿਆ ਕਿ ਇਹ ਇੱਥੇ ਸਨਹਿਰ ਦੇ ਕਿਨਾਰੇ ਹੀ ਜਿਹੜੇ ਕੋਈ ਇਹਨਾਂ ਦੇ ਵੈਪਨ ਵਗੈਰਾ ਸੀਗੇ ਉਹ ਐਕਸਚੇਂਜ ਕਰਨ ਲੱਗੇ ਸੀ ਕਿਸੇ ਹੋਰ ਪਾਰਟੀ ਨੂੰ ਅੱਗੇ ਸੋ ਅਸੀਂ ਇਮੀਡੀਏਟਲੀ ਦੋਨੋਂ ਸਾਈਡ ਜਿਹੜੀਆਂ ਨਹਿਰ ਦੀਆਂ ਬਲੌਕ ਕਰਤੀਆਂ ਦੋਨੋਂ ਪਾਸੇ ਐਕਸਟੈਂਸਿਵ ਨਾਕਾਬੰਦੀ ਕਰਾਈ ਗਈ ਤੇ ਉਹਦੇ ਦੌਰਾਨ ਹੀ ਜਦੋਂ ਇੱਥੇ ਸਰਚ ਸ਼ੁਰੂ ਕੀਤੀ ਗਈ ਤੇ ਫਿਰ ਸਾਡੀ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਵੱਲੋਂ ਫਾਇਰ ਕੀਤਾ ਗਿਆ ਕਿੰਨੇ ਫਾਇਰਿੰਗ ਇੱਥੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੰਨੇ ਜਾਣੇ ਸੀ ਇਹ ਦੋ ਜਾਣੇ ਸੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਇਹਨਾਂ ਵੱਲੋਂ ਪਹਿਲਾਂ ਇੱਕ ਹਵਾਈ ਫਾਇਰ ਕੀਤਾ ਗਿਆ ਫਿਰ ਜਦੋਂ ਪੁਲਿਸ ਪਾਰਟੀ ਅਜੇ ਆਪਣੀ ਆੜ ਲੈ ਹੀ ਰਹੀ ਸੀ ਇੱਕ ਗੱਡੀ ਤੇ ਵੀ ਹਿੱਟ ਹੋਇਆ 4-5 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ ਤੇ ਪੁਲਿਸ ਵੱਲੋਂ ਵੀ ਕੋਈ ਜਵਾਬੀ 3 ਫਾਇਰ ਪੁਲਿਸ ਵੱਲੋਂ ਕੀਤੇ ਗਏ ਕੋਈ ਜ਼ਖਮੀ ਹੋਇਆ ਸੀ ਹਾਂਜੀ ਇਹਨਾਂ ਦੇ ਵਿੱਚ ਇੱਕ ਜਣਾ ਜ਼ਖਮੀ ਹੋਇਆ ਕਿੱਥੇ ਲੱਗੀ ਗੋਲੀ ਉਹਦੇ ਲੱਤ ਤੇ ਗੋਲੀ ਲੱਗੀ ਸਰ ਪਹਿਲਾ ਜ਼ਖਮੀ ਹੋ ਗਿਆ ਸੀ ਦੂਸਰਾ ਜਿਹੜਾ ਦੱਸਿਆ ਜਾ ਰਿਹਾ ਕਿ ਭੱਜ ਗਿਆ ਸੀ ਜੀ ਉਹਦੇ ਬਾਰੇ ਦੱਸੋ ਕਿ ਦੂਸਰਾ ਇਹ ਨਾ ਜੀ ਦੇਖੋ ਨਹਿਰ ਦੇ ਵਿੱਚ ਪਾਣੀ ਆ ਤੇ ਇਹਦੇ ਨਾਲ ਨਾਲ ਨਾ ਐਂਬੈਂਕਮੈਂਟ ਜੀ ਬਣੀ ਹੈ ਉਹ ਇੱਥੋਂ ਕਰੀਬ ਕੋਈ ਅੱਧਾ ਪੌਣਾ ਕਿੱਲਾ ਅੱਗੇ ਜਾ ਕੇ ਕਿਤੇ ਉੱਥੇ ਛੁਪ ਗਿਆ ਸੀ ਤੇ ਉਹ ਕਿਉਂਕਿ ਉਹਦੇ ਨਾਲ ਝਾੜੀਆਂ ਜੀਆਂ ਵੀ ਨੇ ਸਾਨੂੰ ਕਾਫੀ ਟਾਈਮ ਇੱਕ ਹਨੇਰਾ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਕੋਈ ਅੱਧਾ ਪੌਣਾ ਘੰਟਾ ਇੱਥੇ ਸਰਚ ਆਪਰੇਸ਼ਨ ਚਲਾਉਣਾ ਪਿਆ ਫਿਰ ਸਾਨੂੰ ਉਹ ਨਹਿਰ ਦੇ ਨਾਲ ਉੱਥੇ ਲੁਕਿਆ ਹੋਇਆ ਉੱਥੇ ਮਿਲ ਗਿਆ ਕਿੱਡਾ ਵੱਡਾ ਚੈਲੰਜ ਹੈ ਸਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਜਦੋਂ ਆਉਂਦੀ ਹੈ ਬਿਲਕੁਲ ਜੀ ਚੈਲੰਜ ਤਾਂ ਹੈ ਕਿਉਂਕਿ ਖਾਸ ਕਰਕੇ ਹਨੇਰੇ ਦੇ ਵਿੱਚ ਇੱਕਦਮ ਵੈਸੇ ਵੀ ਆਪਰੇਟ ਕਰਨਾ ਔਖਾ ਹੋ ਜਾਂਦਾ ਬਟ ਅਸੀਂ ਬਿਲਕੁਲ ਤਿਆਰ ਸੀਗੇ ਈਵਨ ਸਾਡੀ ਇਕੁਇਪਮੈਂਟ ਐਂਡ ਸਾਰਾ ਕੁਝ ਅਸੀਂ ਫੁੱਲੀ ਪ੍ਰੀਪੇਅਰਡ ਸੀ ਜੀ ਇਸ ਚੀਜ਼ ਵਾਸਤੇ ਪਿਸਤੌਲਾਂ ਕਿੰਨੀਆਂ ਮਿਲੀਆਂ ਇਹਨਾਂ ਇਹਨਾਂ ਕੋਲ 2 ਪਿਸਤੌਲ ਮਿਲੇ ਨੇ ਜੀ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਕਾਰ ਮੁੱਠਭੇੜ ਹੋਈ ਹੈ ਅਤੇ ਮੁੱਠਭੇੜ ਤੋਂ ਬਾਅਦ ਪੁਲਿਸ ਨੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਹਥਿਆਰਾਂ ਦੀ ਤਸਕਰੀ ਕਰਨ ਦੇ ਲਈ ਇਹ ਮੌਕੇ ਦੇ ਉੱਤੇ ਪਹੁੰਚੇ ਸੀ ਪਰ ਇਸ ਦੀ ਪੁਲਿਸ ਨੂੰ ਕਿਤੇ ਭਿਣਕ ਪੈ ਜਾਂਦੀ ਹੈ ਤੇ ਭਿਣਕ ਤੋਂ ਬਾਅਦ ਜਿਵੇਂ ਹੀ ਇਹਨਾਂ ਦੀ ਘੇਰਾਬੰਦੀ ਕੀਤੀ ਜਾਂਦੀ ਹੈ ਤਾਂ ਬਚਣ ਦੇ ਲਈ ਤਸਕਰਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਦੇ ਉੱਤੇ ਤੇ ਪੁਲਿਸ ਜਦੋਂ ਮੌਕੇ ਦੇ ਉੱਤੇ ਜਵਾਬੀ ਫਾਇਰਿੰਗ ਕਰਦੀ ਹੈ ਤਾਂ ਦੋਵਾਂ ਹੀ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਤਸਕਰ ਦੇ ਗੋਲੀ ਲੱਗੀ ਹੈ ਜਿਸ ਨੂੰ ਕਿ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਅੰਮ੍ਰਿਤਸਰ ਦੇ ਤਾਰਾਂ ਵਾਲਾ ਪੁਲ ਦੇ ਉੱਤੇ ਇਹ ਐਨਕਾਊਂਟਰ ਕੀਤਾ ਗਿਆ ਐਨਕਾਊਂਟਰ ਤੋਂ ਬਾਅਦ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਲਗਾਤਾਰ ਤਿਉਹਾਰਾਂ ਦੇ ਮੌਕੇ ਤੇ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਹਰ ਇੱਕ ਸ਼ਰਾਰਤੀ ਅਨਸਰ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਇਸੇ ਵਿਚਕਾਰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਾਰਾਂ ਵਾਲਾ ਪੁਲ ਜੋ ਅੰਮ੍ਰਿਤਸਰ ਦੇ ਵਿੱਚ ਹੈ ਉੱਥੇ ਹਥਿਆਰਾਂ ਦੀ ਤਸਕਰੀ ਕਰਨ ਦੇ ਲਈ ਦੋ ਬਦਮਾਸ਼ ਪਹੁੰਚ ਰਹੇ ਨੇ ਜਦੋਂ ਪੁਲਿਸ ਉਹਨਾਂ ਨੂੰ ਮੌਕੇ ਦੇ ਉੱਤੇ ਘੇਰਾਬੰਦੀ ਕਰਦੀ ਹੈ ਤਾਂ ਬਦਮਾਸ਼ਾਂ ਦੇ ਵੱਲੋਂ ਬਚਣ ਦੇ ਲਈ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਕਰੀਬ ਕਈ ਰਾਊਂਡ ਫਾਇਰਿੰਗ
ਦੋਵਾਂ ਪਾਸਿਓਂ ਹੁੰਦੀ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦੋਵਾਂ ਹੀ ਤਸਕਰਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਇੱਕ ਤਸਕਰ ਨੂੰ 3 ਗੋਲੀਆਂ ਲੱਗੀਆਂ ਨੇ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਬਦਮਾਸ਼ਾਂ ਦੇ ਕੋਲੋਂ ਸੀ 2 ਪਿਸਤੌਲ ਤੇ 1 ਮੈਗਜ਼ੀਨ ਵੀ ਬਰਾਮਦ ਕੀਤਾ ਗਿਆ ਤਾਂ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਹੱਥ ਇਹ ਵੱਡੀ ਸਫਲਤਾ ਲੱਗੀ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਹ ਐਨਕਾਊਂਟਰ ਕੀਤਾ ਗਿਆ ਸਰ ਫਿਰ ਵੀ ਆਪ ਮੇਰੀ ਜਾਣਕਾਰੀ ਦੇ ਦਿਓ मैं गुरिंदरवीर सिंह सिद्धू ACP ईस्ट अमृतसर सर की मामला होया केड़ी जगह ते अज असी कोई टेक्निकल इनपुट दे बेस ते कोई बंदियां नू चेस कर रहे सी जिन्हां ने पिछले कुछ दिनां च कोई वारदातां कीतियां सी ये होया जी अज सुल्तानविंड नहर दे नाल नाल जदों असी इत्थे इन्हां नू एप्रीहेंड करन लई पहुंचे नहर दे दोनों पासे नाकाबंदी करवा दित्ती गई सी इन्हां ने फायर कीता पुलिस पार्टी दे उपर ते फिर जवाबी फायर भी पुलिस वालों इन्हां दे उपर कीता गया सर कौन ने किस तरह तुहाडे तुहानूं इन्फॉर्मेशन दित्ती कौन है ये एक इत्थों तरन तारण डिस्ट्रिक्ट नूं बिलोंग करदे ने दोनों जणे ते इन्हां दे उपर पहलों ही 4 ते 1 दे उपर 6 मुकदमे दर्ज ने ते इन्हां ने पिछले ही वीक दे विच इत्थे फायरिंग इंसीडेंट कीता सीगा ते असीं इन्हां नूं चेस कर रहे सी ते अज जदों उत्थे सानूं ये इनपुट मिलिया कि ये इत्थे नहर दे किनारे ही ਜਿਹੜੇ ਕੋਈ ਇਹਨਾਂ ਦੇ ਵੈਪਨ ਵਗੈਰਾ ਸੀਗੇ ਉਹ ਐਕਸਚੇਂਜ ਕਰਨ ਲੱਗੇ ਸੀ ਕਿਸੇ ਹੋਰ ਪਾਰਟੀ ਨੂੰ ਅੱਗੇ ਸੋ ਅਸੀਂ ਇਮੀਡੀਏਟਲੀ ਦੋਨੋਂ ਸਾਈਡ ਜਿਹੜੀਆਂ ਨਹਿਰ ਦੀਆਂ ਬਲੌਕ ਕਰਤੀਆਂ ਦੋਨੋਂ ਪਾਸੇ ਐਕਸਟੈਂਸਿਵ ਨਾਕਾਬੰਦੀ ਕਰਾਈ ਗਈ ਅਤੇ ਉਹਦੇ ਦੌਰਾਨ ਹੀ ਜਦੋਂ ਇੱਥੇ ਸਰਚ ਸ਼ੁਰੂ ਕੀਤੀ ਗਈ ਅਤੇ ਫਿਰ ਸਾਡੀ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਵੱਲੋਂ ਫਾਇਰ ਕੀਤਾ ਗਿਆ ਅਤੇ ਕਿੰਨੇ ਫਾਇਰਿੰਗ ਇੱਥੇ ਕਿੰਨੀਆਂ ਗੋਲੀਆਂ ਚੱਲੀਆਂ ਅਤੇ ਕਿੰਨੇ ਜਾਣੇ ਸੀ ਇਹ 2 ਜਾਣੇ ਸੀ ਜੀ ਕਿੰਨੀਆਂ ਗੋਲੀਆਂ ਚੱਲੀਆਂ ਇਹਨਾਂ ਵੱਲੋਂ ਪਹਿਲਾਂ ਇੱਕ ਹਵਾਈ ਫਾਇਰ ਕੀਤਾ ਗਿਆ ਫਿਰ ਜਦੋਂ ਪੁਲਿਸ ਪਾਰਟੀ ਅਜੇ ਆਪਣੀ ਆੜ ਲੈ ਰਹੀ ਸੀ ਇੱਕ ਗੱਡੀ 'ਤੇ ਵੀ ਹਿੱਟ ਹੋਇਆ 4-5 ਫਾਇਰ ਇਹਨਾਂ ਵੱਲੋਂ ਕੀਤੇ ਗਏ ਨੇ ਅਤੇ ਪੁਲਿਸ ਵੱਲੋਂ ਵੀ ਕੋਈ ਜਵਾਬੀ 3 ਫਾਇਰ ਪੁਲਿਸ ਵੱਲੋਂ ਕੀਤੇ ਗਏ ਨੇ ਜ਼ਖਮੀ ਹੋਇਆ ਹਾਂਜੀ ਇਹਨਾਂ ਦੇ ਵਿੱਚੋਂ ਇੱਕ ਜਣਾ ਜ਼ਖਮੀ ਹੋਇਆ ਕਿੱਥੇ ਲੱਗੀ ਗੋਲੀ ਉਹਦੇ ਲੱਤ 'ਤੇ ਗੋਲੀ ਲੱਗੀ ਸਰ ਪਹਿਲਾਂ ਜ਼ਖਮੀ ਹੋ ਗਿਆ ਸੀ ਦੂਸਰਾ ਜਿਹੜਾ ਦੱਸਿਆ ਜਾ ਰਿਹਾ ਕਿ ਭੱਜ ਗਿਆ ਸੀ ਜੀ ਉਹਦੇ ਬਾਰੇ ਦੱਸੋ ਦੂਸਰਾ ਇਹ ਨਾ ਜੀ ਦੇਖੋ ਨਹਿਰ ਦੇ ਵਿੱਚ ਪਾਣੀ ਆ ਅਤੇ ਇਹਦੇ ਨਾਲ ਨਾਲ ਨਾ ਐਂਬੈਂਕਮੈਂਟ ਜੀ ਬਣੀ ਹੈ ਉਹ ਇੱਥੋਂ ਕਰੀਬ ਕੋਈ 1.25 ਕਿੱਲਾ ਅੱਗੇ ਜਾ ਕੇ ਕਿਤੇ ਉੱਥੇ ਛੁਪ ਗਿਆ ਸੀ ਤੇ ਉਹ ਕਿਉਂਕਿ ਉਹਦੇ ਨਾਲ ਝਾੜੀਆਂ ਜੀਆਂ ਵੀ ਨੇ ਸਾਨੂੰ ਕਾਫੀ ਟਾਈਮ ਇੱਕ ਹਨੇਰਾ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਕੋਈ 1.25 ਘੰਟਾ ਇੱਥੇ ਸਰਚ ਆਪਰੇਸ਼ਨ ਚਲਾਉਣਾ ਪਿਆ ਫਿਰ ਸਾਨੂੰ ਨਹਿਰ ਦੇ ਨਾਲ ਉੱਥੇ ਲੁਕਿਆ ਹੋਇਆ ਉੱਥੇ ਮਿਲ ਗਿਆ ਕਿੱਡਾ ਵੱਡਾ ਚੈਲੰਜ ਹੈ ਸਰ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਜਦੋਂ ਆਉਂਦੀ ਹੈ ਬਿਲਕੁਲ ਜੀ ਚੈਲੰਜ ਤਾਂ ਹੈ ਕਿਉਂਕਿ ਖਾਸ ਕਰਕੇ ਹਨੇਰੇ ਦੇ ਵਿੱਚ ਇੱਕਦਮ ਵੈਸੇ ਵੀ ਆਪਰੇਟ ਕਰਨਾ ਔਖਾ ਹੋ ਜਾਂਦਾ ਬਟ ਅਸੀਂ ਬਿਲਕੁਲ ਤਿਆਰ ਸੀਗੇ ਈਵਨ ਸਾਡੀ ਇਕੁਇਪਮੈਂਟ ਐਂਡ ਸਾਰਾ ਕੁਝ ਅਸੀਂ ਫੁੱਲੀ ਪ੍ਰੀਪੇਅਰਡ ਸੀ ਜੀ ਇਸ ਚੀਜ਼ ਵਾਸਤੇ ਪਿਸਤੌਲਾਂ ਕਿੰਨੀਆਂ ਮਿਲੀਆਂ ਇਹਨਾਂ ਕੋਲ 2 ਪਿਸਤੌਲ ਮਿਲੇ ਨੇ ਜੀ